हजार रुपया दे बेटे बांदर हजार रुपया दे मुझो गोदोरा रौने गवा के अन्ना के जैसा चश्मा लगा के कोकोनट में लस्सी मिला के आ जाओ सारे मूड बना के ऑन द रजनी फैन तलाइवा डोंट द डिस्टेंस साजी कोई गाग नहीं आ रहा सवेर का गाने ही गाई जा रहा मैं ते तुसी तबला ही बजाई जाओ गाने ते मैं गा ही रहा चलो कोई नहीं गाक आ ही जाएगा बंदा पूछे इन्ना कवर चढ़ाया नारियल नू ठंड ला कद भी कवर चढ़ाया इधर भी चढ़ाया पूरा रपेटिया नारियल नू पता नहीं ठंड लगती है वेखो पहले पाकिस्तान चाह नारियल विकता सी उन्हें भी आ गया नवा नारियल आ गया साढ़े को वी आई पी नारियल चस्के वाला नारियल ये की बेच रहे हो जी बुरश बेच रहे हो पर नारियल हैगा जे बुरश नहीं हैगा अरे वाला ना बुरश बनता है साढ़े को नारियल हैगा बुरश नहीं हैगा अच्छा अच्छा ये नारियल किधू आया जी जिथो आंदा उथो ही आया पाकिस्तान दा हैगा और की एनु की है ए तो इंडिया च होंदा है एते स्मगलर होके आंदा है स्मगलर होके आहो स्मगलिंग आहो तौबा 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 अस्तगफिरुल्लाह हराम हराम ओ भाई पैसे दे के लिता सी हराम नहीं है नजायज तरीके नाल आया ना नजायज के तरीके नाल की एदा मां प्यो नजायज यार मेरी गल सुन की नारियल तो तेरे को ले लवा लेकिन इदे वालां दा की करसा नाई को ले जा दी कटिंग करा लिया भैया उतर जाने ने वाल इंज करेगा वे हां आए उस तरह ना तुनु मैं तार देंगा बेफिक्र हो जा अच्छा यार नारियल आया तो मजेदार ना स्वादी है ना स्वादी वीआईपी नारियल साडे कोल ए त्रै डेरियां क्यों लाईयां ने ओ महंगा है उस तो मैं थोड़ा सस्ता है ए सब तो महंगा वाला केड़ा वाला ए वाला चस आंदी है ए चस आंदी बंदे नु बंदा भूल जांदा कि कोई शाय खाती है यार नारियल मैं लवणा है लेकिन ओए करके लवणा है किवें इंग्लिश नहीं जी मैं साडा तू कट्टी ला के विच पैप नहीं फसा के पैप ला के बेचने में तू बीज दे आया ओ यार पैप ला के दे ना बेच ओ तू सड़क ते तरोका लाना पैप ला के दे तेनु पागल है नहीं इदे विच पानी ता हुंदा है ना नहीं आदे च कोक भरी तजाब भरया पानी हैगा यार तू मेनू जुगता ला रहे है ओ जुगता तू सवाल पुठे कर रहे है अ किस तरह नारियल इस तरह ही है यार ओ फिल्मां च नहीं हुंदा ही मुक मार के नारियल तोड़दे ने ਉਹ ਨਕਲੀ ਹੁੰਦੇ ਭਾਈ ਮਾਰ ਕੇ ਚੈੱਕ ਕਰ ਲੈ ਚੈੱਕ ਐ ਤੂੰ ਲੱਗਦਾ ਪੈਰ ਮਾਰਿਆ ਕਿ ਨਹੀਂ ਆਓ ਐ ਮੈਂ ਲੱਤ ਮਾਰੀ ਮੇਰੀ ਲੱਤ ਟੁੱਟ ਤੇਰੇ ਸਿਰ ਉਹ ਹੈਲੋ ਸਿਰ ਪਾੜ ਜੇਗਾ ਐਂ ਦੇਸ ਤੇ ਇੰਦੇ ਚ ਕੀ ਫਰਕ ਹੈ ਐ ਜਵਾਨ ਨਾਰੀਅਲ ਹੈ ਕਿਹੜਾ ਐ ਵਾਲਾ ਤੇ ਬਾਬਾ ਜੀ ਐ ਬੁੱਢਾ ਹੋ ਗਿਆ ਐਂ ਦੀ ਤਾਂ ਦਾੜੀ ਚਿੱਟੀ ਹੋ ਗਈ ਹੈ ਹਾਂਜੀ ਇਹਨਾਂ ਦਾ ਮੂੰਹ ਕਿਹੜੇ ਪਾਸੇ ਹੁੰਦਾ ਐਨਾਂ ਜਿਸ ਮਰਜ਼ੀ ਪਾਸੇ ਖਾ ਲਓ ਮੂੰਹ ਉਸੇ ਪਾਸੇ ਯਾਰ ਸਵਾਦ ਆਣਾ ਚਾਹੀਦਾ ਕਿਹੜਾ ਸਵਾਦ ਲੈਣਾ ਭਾਈ ਮੈਨੂੰ ਉਹ ਸਵਾਦ ਦੱਸ ਦੇ ਤੂੰ ਤੇਰੀ ਮੈਨੂੰ ਸਮਝ ਨਹੀਂ ਆ ਰਹੀ ਯਾਰ ਐਂ ਕਰ ਨਾਰੀਅਲ ਬਣਾ ਕੇ ਦੇ ਮੈਨੂੰ ਐ ਨਾਰੀਅਲ ਬਣਾ ਕੇ ਦਿਓ ਬਣਾ ਕੇ ਦੇ ਸਾਜ ਜਿਹਾ ਨਾਰੀਅਲ ਬਣਾ ਕੇ ਦਿਓ ਇਹਨੂੰ ਪਹਿਲੇ ਮੈਨੂੰ ਖੜਕਾ ਕੇ ਵੇਖਣ ਦਿਓ ਵਿੱਚ ਕੋਈ ਨਾ ਰਿਹਾ ਹੈਗਾ ਫਾਇਦਾ ਅਗਲਾ ਡਿਸਟਰਬ ਹੋਏਗਾ ਅੱਗੇ ਬਣਾ ਯਾਰ ਜੇ ਵਿੱਚੋਂ ਕੋਈ ਡੱਡੂ ਛੱਡੂ ਨਿਕਲ ਆਇਆ ਫੇਰ ਤੂੰ ਛੱਡ ਕੇ ਗਿਆ ਡੱਡੂ ਨਾਰੀਅਲ ਸਾਜੇ ਨੂੰ ਬਣਾ ਕੇ ਦਿਓ ਯਾਰ ਇਹਦੀ ਕਟਿੰਗ ਕਰੋ ਵੀਆਈਪੀ ਕਰਕੇ ਕਿ ਨਾਈ ਦੀ ਦੁਕਾਨ ਤੇ ਲੈ ਯਾਰ ਇਹ ਕਟਿੰਗ ਹਾਨੀ ਉਹ ਜਿਹੜਾ ਮੁੰਡੇ ਅੱਜ ਕੱਲ ਹੈ ਇਹ ਵਾਲ ਖੜੇ ਕਰਦੇ ਨੇ ਉਹ ਲਈ ਕਟਿੰਗ ਕਰਾ ਦੇ ਯਾਰ ਉਹਨੂੰ ਬਿਹਤਰੀਨ ਕਰਕੇ ਸਟਾਈਲਿਸ਼ ਜਿਹਾ ਕੱਟਣਾ ਹੈ ਕੱਟੋ ਸਾਜੀ ਲੱਗ ਪਤਾ ਜਾਏਗਾ ਮੇਰੇ ਉਸਤਾਦ ਵਰਗਾ ਨਹੀਂ ਕੋਈ ਕੱਟ ਸਕਦਾ ਚਲੋ ਜੀ ਕੱਟੋ 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 ਸਾਜੀ ਕੱਟੋ ਫਿਰ ਕੱਟੋ ਕੱਟੋ ਵਿੱਚ ਪੈਪ ਲਾ ਕੇ ਦੇਣਾ ਮੈਨੂੰ ਤੈਨੂੰ ਡੋਂਗੀ ਪੰਪ ਦਾ ਪੈਪ ਲਵਾ ਦਿਆਂ ਤੂੰ ਵਿੱਚ ਵੈਰਿੰਗ ਕਰਾਣੀ ਉਹਦੇ ਇਹ ਤਾਂ ਮੋਚੀਆਂ ਵਾਲੇ ਸੂਏ ਨਾਲ ਕਰ ਰਹੇ ਹੋ ਉਹ ਮੋਚੀਆਂ ਵਾਲਾ ਸੂਆ ਨਹੀਂ ਹੈ ਨਾਰੀਅਲ ਹੈਗਾ ਨਾਰੀਅਲ ਦਾ ਉਜ਼ਾਰ ਹੈ
ਇਹਦੇ ਨਾਲ ਹੀ ਛਿੱਲੀ ਦਾ ਨੂੰ ਇਹ ਤਾਂ ਟੁੰਗ ਕਰ ਰਹੇ ਹੋ ਤੁਸੀਂ ਵਿੱਚ ਦੇ ਪਾਣੀ ਨਹੀਂ ਕੱਢਣਾ ਪਾਣੀ ਪੀਣਾ ਕਿ ਨਹੀਂ ਇਹਦਾ ਇਹਦੇ 'ਚ ਕੋਈ ਖਾਣ ਵਾਲੀ ਵਿਸ਼ਾ ਹੁੰਦੀ ਕਿ ਕੋਈ ਨਾ ਇਹਦੇ 'ਚ ਮਲਾਈ ਹੁੰਦੀ ਬੜੀ ਮੋਟੀ ਹੈ ਮਲਾਈ ਖਾਏਗਾ ਤੈਨੂੰ ਤਾਕਤ ਆਏਗੀ ਦੇ ਯਾਰ ਮੈਂ ਵੀ ਪਹਿਲਵਾਨੀ ਸ਼ੁਰੂ ਕਰਨੀ ਹੈ ਤੇ ਰੋਜ਼ ਆ ਕੇ ਲੈ ਕੇ ਜਾਇਆ ਕਰ ਸਾਡੇ ਕੋਲ ਤੇਰੀ ਪਹਿਲਵਾਨੀ 'ਚ ਤੈਨੂੰ ਤਾਕਤ ਦੇਗਾ ਯਾਰ ਇਹ ਨਾਰੀਅਲ ਹੈ ਤੇ ਉਹਦੇ 'ਚ ਕੀ ਹੈ ਬੁੱਢੜੇ ਨੇ ਕੀ ਹੈ ਲੱਗਦਾ ਪੁਰਾਣੇ ਨੇ ਇਹ ਪੱਕ ਗਿਆ ਨਾਰੀਅਲ ਯਾਨੀ ਕਿ ਮਜ਼ਬੂਤ ਹੋ ਗਿਆ ਨਹੀਂ ਇਹਦੀ ਕੀ ਸ਼ਾਦੀ ਹੋਈ ਹੈ ਜਿਹੜਾ ਆਪਣੀਆਂ ਬੇਗਮ ਦੀਆਂ ਗੱਲਾਂ ਸੁਣ ਕੇ ਪੱਕ ਗਿਆ ਉਹ ਕਿਹੜੀ ਸ਼ਾਦੀ ਭਾਈ ਇੱਧਰ ਵੇ ਅੱਲਾ ਸਾਨੇ ਤੈਨੂੰ VIP ਮਾਹੌਲ ਬਣਾ ਦਿੱਤਾ ਆਈਓ ਤਾਂ ਘਰ ਪੈਕ ਪੈਪ ਲਾ ਕੇ ਦਿਓ ਹੁਣ ਤੂੰ ਕਹੇਗਾ ਉੱਤੇ ਛੋਟੀ ਛਤਰੀ ਵੀ ਲਾ ਕੇ ਦਿਓ ਮਦੇ ਦਾ ਕਿਤਦਾਬ ਆ ਗਿਆ ਮੂੰਹ 'ਚ ਸਵਾਦ ਨਹੀਂ ਆਇਆ ਕੀ ਹੈ ਸਾਜੀ ਚੀਨੀ ਪਾਈ ਸਵਾਦੀ ਯਾਰ ਡਾ ਮਿੱਠਾ ਘੱਟ ਵਿੱਚ ਚੀਨੀ ਪਾ ਰਿਹਾ ਮਿੱਠਾ ਘੱਟ ਪੱਕਿਆ ਸਹੀ ਜਨਮ ਨਾ ਤਾਜ਼ਾ ਹੈ ਇਹ ਤੈਨੂੰ ਤਾਕਤ ਦੇਗਾ ਆ ਜਿਹੜੀ ਤੂੰ ਕਹਿ ਰਿਹਾ ਨਾ ਮੈਂ ਭਲਵਾਨੀ ਕਰ ਰਿਹਾ ਆ ਭਲਵਾਨਾਂ ਵਾਸਤੇ ਬਣਿਆ ਇਹ ਸਵਾਦ ਤਾਂ ਦੇ ਨਹੀਂ ਰਿਹਾ ਤਾਕਤ ਪਤਾ ਨਹੀਂ ਕਿਹੜੇ ਪਾਸੋਂ ਦੇਗਾ ਤੂੰ ਨਿਕਾਹ ਕਰਾਉਣਾ ਉਹਦੇ ਨਾਲ ਸਵਾਦ ਦੇਵੇ ਤੈਨੂੰ ਹੈਂ ਪੀ ਪਾਣੀ ਉਹਦਾ ਤੈਨੂੰ ਕੀ ਹੋ ਰਿਹਾ ਮੈਂ ਕਦੀ ਪੀਤਾ ਨਹੀਂ ਨਾ ਮੈਂ ਤਾਂ ਵੇਖ ਰਿਹਾ ਯਾਰ ਐਂ ਕਰੀਂ ਮਿੱਠਾ ਥੋੜਾ ਤੇਜ਼ ਪਾ ਉਹ ਤੂੰ ਸ਼ਰਬਤ ਵਾਲੀ ਦੁਕਾਨ ਤੇ ਆਇਆ ਮਿੱਠਾ ਉਹ ਯਾਰ ਮੈਨੂੰ ਪਸੰਦ ਨਹੀਂ ਆ ਕੋ ਹੋਰ ਦੇ ਇਹ ਨਹੀਂ ਮੈਂ ਪਾਣੀ ਰੁੜ ਜਾਏਗਾ ਵੀ ਜੋ ਦੇ ਇਹ ਮੈਂ ਲੈਂਦਾ ਹੀ ਨਹੀਂ ਆ ਜਿਹੜਾ ਹੋਰ ਕੋ ਵਾਲਾਂ ਵਾਲਾ ਕੱਢ ਕੇ ਦੇ ਉਸਾ ਜੀ ਕੋ ਵੱਡਾ ਪੀਸ ਕੱਢੋ ਤੇ ਇਹ ਜਿਹੜਾ ਸਾਡਾ ਜ਼ਾਇਆ ਕੀਤਾ ਹੀ ਓਏ ਮੈਨੂੰ ਪਸੰਦ ਹੀ ਨਹੀਂ ਆਇਆ ਉਹ ਕਿਹੜਾ ਪਸੰਦ ਨਹੀਂ ਆਇਆ ਪਹਿਲੇ ਦੱਸ ਪਾਣੀ ਦੱਸ ਰਿਹਾ ਪਾਣੀ ਤਾਂ ਤੂੰ ਪੀ ਗਿਆ ਤੇ ਪਾਣੀ ਤਾਂ ਮੈਂ ਲਿਆ ਦੇਣਾ ਗਲਾਸ ਭਰ ਕੇ ਓਏ ਆ ਗਲਾਸ ਵਾਲਾ ਪਾਣੀ ਨਹੀਂ ਹੈ ਹਾਂ ਇਹ ਦੂਜਾ ਪਾਣੀ ਹੈ ਦੇ ਜੇ ਉਹ ਮੈਂ ਤੇਰੇ ਭਰ ਦੇਣਾ ਫੁੱਲ ਕਰ ਦੇਣਾ ਤੈਨੂੰ ਉਹ ਚੱਲ ਭਰ ਦੇਣਾ ਫੁੱਲ ਪਹਿਲੇ ਇਹਦੇ ਪੈਸੇ ਦੇ ਆਇਆ ਮਜ਼ਾ ਨਹੀਂ ਆ ਰਿਹਾ ਪਾਣੀ ਦੇ ਬਦਲੇ ਪੀਏ ਜਾ ਰਿਹਾ ਪਾਣੀ ਦੇ ਬਦਲੇ ਪਾਣੀ ਉਹ ਚੱਲ ਪਾਣੀ ਦੇ ਬਦਲੇ ਪਾਣੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਏ ਤੂੰ ਦੁੱਧ ਵਾਲੀ ਦੁਕਾਨ ਪਈ ਉਸਤਾਦ ਜੀ ਕੋ ਵੱਡਾ ਪੀਸ ਕੱਢੋ ਯਾਰ ਉਹ ਦੂ ਕੱਟੋ ਕੋਈ ਕਿਹੜਾ ਵੱਡਾ ਕੱਟੋ ਯਾਰ ਇਹਦੇ ਪੈਸੇ ਦੇ ਪਹਿਲੇ ਖਾਣ ਵਾਲੀ ਵਿੱਚ ਕੁਛ ਹੈ ਕੋਈ ਨਹੀਂ ਦੇ ਉਹ ਤੈਨੂੰ ਸਾਚ ਛਿੱਲ ਕੇ ਦਿੰਦਾ ਨੇ ਜੋ ਮਲਾਈ ਤਾਕਤ ਪਤਾ ਨਹੀਂ ਕਿਹਦੀ ਆਏਗੀ ਪਾਣੀ ਵਿੱਚ ਹੈ ਕੋਈ ਨਾ ਉਹ ਤੈਨੂੰ ਇੱਕ ਦਿਨ ਚ ਤਾਕਤ ਆਈ ਹੈ ਤੂੰ ਪਾਗਲ ਹੈ ਹੋਰ ਕਿਤਨੇ ਦਿਨ ਤੱਕ ਇਹਨੂੰ ਪੀਵਾਂ ਮੈਂ ਅੰਨੀ ਰੋਜ਼ ਦਾ ਪਾਣੀ ਹੈ ਦੋ ਘੁੱਟੇ ਮੁੱਕ ਜਾਂਦਾ ਹੈ ਅੱਛਾ 2 ਘੰਟੇ ਜੇ ਮੁੱਕਦਾ ਨਹੀਂ ਦਿਨੇ ਚ 12 ਗਲਾਸ ਮੈਂ ਪੀਣਾ ਹੁੰਦਾ ਤਾਂ ਤਾਕਤ ਨਹੀਂ ਆਈ ਇਸ ਪਾਣੀ ਚ ਕਿਹਦੀ ਤਾਕਤ ਹੈ ਉਹ ਪਾਣੀ ਨਾ ਨਾਰੀਅਲ ਇਹ ਪਾਣੀ ਬੰਦ ਹੁੰਦਾ ਹੈ ਫਿਲਟਰ ਪਾਣੀ ਹੁੰਦਾ ਹੈ ਇਹ ਟੀਕੇ ਲਾ ਲਾ ਕੇ ਵਿੱਚ ਭਰਦੇ ਉਤਸਾਂ ਵਿੱਚ ਪਾਣੀ ਓਏ ਤੇ ਕਿੱਥੋਂ ਟੀਕਾ ਲਾਣਾ ਭਾਈ ਆ ਕਿਹੜੀ ਡ੍ਰਿਪ ਹੈ ਜੀ ਜਿਹਦੇ ਚ ਟੀਕਾ ਲਾ ਕੇ ਪਾਣੀ ਯਾਰ ਕੋ ਤੂੰ ਕੋ ਹੋਰ ਪੀਸ ਕਢਾ ਯਾਰ ਕਿਹੜਾ ਖਾਣਾ ਹੀ ਦੱਸ ਵਜ਼ਨੀ ਉਸਤਾਦ ਜੀ ਕੋ ਵਜ਼ਨੀ ਜਿਹਾ ਕੱਢ ਕੇ ਲਾਓ ਵਜ਼ਨੀ ਤੂੰ ਉਹ ਇੱਟ ਮਾਰਨੀ ਸਿਰ ਪਾਣਨਾ ਕਿਸੇ ਦਾ ਇਹਦੇ ਵਿੱਚ ਗੋਟੀਆਂ ਹਨ ਤੂੰ ਕੈਂਜੇ ਕਿਹੜੇ ਗਟਕ ਗਟਕ ਦੀ ਆਵਾਜ਼ ਆਈ ਹੈ ਆਈ ਆਵਾਜ਼ ਆ ਬਣਵਾ ਕੇ ਦੇ ਆ ਬਣਾ ਦਿਓ ਉਸਤਾਦ ਜੀ ਇਹਨੂੰ ਹਾਂ ਆ ਬਣਾ ਦਿਓ ਬਿਹਤਰੀਨ ਜਿਹਾ ਕਰਕੇ VIP ਆ ਕਰਕੇ ਬਣਾ ਕੇ ਦਿਆ ਯਾਰ ਕੋ ਸਟਾਈਲਿਸ਼ ਜੀ ਕਟਿੰਗ ਕਰੋ ਨਾ ਤੂੰ ਨਹੀਂ ਦੀ ਦੁਕਾਨ ਤੇ ਆਇਆ ਚੈੱਕ ਕਰ ਸਟਾਰ ਕਿਵੇਂ ਛਿੱਲ ਰਿਹਾ ਐਵੇਂ ਸਟਾਰ ਨੇ ਤੈਨੂੰ ਵੀ ਛਿੱਲ ਦੇਣਾ ਬੇਟੇ ਹੈ ਚੈੱਕ ਕਰ ਸਟਾਰ ਦੀ ਤਾਕਤ ਆ ਮੇਰੇ ਲਿਆ ਤੇਰੇ ਵਾਲ ਚ ਲਵਾ ਦੇ ਆ ਆ ਥੱਲੇ ਮਾਰੋ ਸਾਜੀਆ ਦੇ ਮੂੰਹ ਤੇ ਵੀ ਹੈ ਉਹ ਭਾਈ ਨਾਈਆਂ ਵਾਲਾ ਹੋਰ ਕੰਮ ਹੈ ਹੋਰ ਕੰਮ ਹੈ ਕੀ ਪਿਆ ਕਰਨਾ ਹੈ ਥੱਲੇ ਉਹ ਤੂੰ ਸਾਥ ਦੱਸਦਾ ਕਿਵੇਂ ਛਿੱਲੀਦਾ ਐ ਹੁਣ ਇਹ ਕੀ ਲਾ ਰਹੇ ਨੇ ਉਸਤਾਦ ਜੀ ਇਹ ਛਿਲਕਾ ਤਾਰ ਰਹੇ ਨੇ ਯਾਰ ਤੂੰ ਸਾਨੂੰ ਨਾਲ ਥੋੜੀ ਛਾਣਾ ਨਾਲ ਰੱਖ ਲਓ ਇਹ ਸਾਡੀ ਥੋੜੀ ਛਾਣਾ ਹੀ ਤੂੰ ਟੈਨਸ਼ਨ ਨਾ ਲੈ ਤੂੰ ਨਾਰੀਏ ਛਿੱਲਿਆ ਦੇ ਆ ਸੀਮੈਂਟ ਜਿਹੜਾ ਨਾ ਸੀਮੈਂਟ ਬੱਜਰੀ ਤੂੰ ਸਾਂ ਬੜਾ ਸਖਤ ਕਰਕੇ ਇਹਨੂੰ ਕੀਤਾ ਹੋਇਆ ਕੀ ਕੀਤਾ ਕੁਦਰਤ ਵੱਲੋਂ ਹੋਇਆ ਸੀਮੈਂਟ ਬੱਜਰੀ ਯਾਰ ਉਹਦੇ ਤੇ ਪੈਸੇ ਦੇ ਯਾਰ ਜਿਹੜਾ ਪੀਤਾ ਹੀ ਉਹ ਮੈਨੂੰ ਪਸੰਦ ਹੀ ਨਹੀਂ ਆਇਆ ਉਹ ਤੇ ਉਹਦੇ ਪੈਸੇ ਤੇ ਦੇਣਾ ਉਹਦਾ ਮੈਂ ਪਾਣੀ ਤੁਹਾਨੂੰ ਵਾਪਸ ਭਰ ਦੇਣਾ ਕਿਹੜਾ ਪਾਣੀ ਭਰ ਦੇਣਾ ਵਾਪਸ ਇਹ ਵੀ ਤੂੰ ਇੰਜ ਕਹਿ ਦੇਗਾ ਪਸੰਦ ਨਹੀਂ ਹੈ ਇਹਦੇ ਪਹਿਲੇ ਪੈਸੇ ਦੇ ਮੈਨੂੰ ਪਹਿਲੇ ਚੈੱਕ ਤਾਂ ਕਰ ਲਾ ਪਹਿਲੇ ਪੈਸੇ ਦੇ ਇਹਦੇ ਉਹ ਯਾਰ ਮੈਂ ਨਸਾ ਜਾਣਾ ਤੇਰਾ ਕੋਈ ਪਤਾ ਇਸ ਇਲਾਕੇ 'ਚ ਹੀ ਰਹਿੰਦੇ ਆ ਅਸਾਂ ਪੈਸਾ ਖੁੱਲ੍ਹਾ ਹੈ ਕਿੱਥੇ ਦਹਾ ਦਹਾ ਉਹ ਪੈਸਾ ਬਹੁਤ ਹੈ ਖਾਲੀ ਜੇਬਾਂ ਨੇ ਉਹ ਪੈਸੇ ਦੀ ਟੈਨਸ਼ਨ ਨਾ ਲੈ ਤੂੰ ਚੰਗੀ ਸ਼ਾਇ ਵਿਖਾ ਮੈਨੂੰ ਚਲੋ ਸਾਜ ਜੀ ਦਹਾ ਵਾਲੂ ਹੈ ਚੈੱਕ ਕਰ ਖੋਲ ਅੱਡਾ ਮਜ਼ਬੂਤ ਹੈ ਬੰਦੇ ਨੂੰ ਹੋਏ ਖਾਣਾ ਨਹੀਂ ਹੈ ਤੂੰ ਚੈੱਕ ਕਰਨ ਵਾਸਤੇ ਦਿੱਤਾ ਖੋਲ ਹੈ ਖੋਲ ਅੱਡਾ ਮਜ਼ਬੂਤ ਹੈ ਤਾਂ ਬੰਦਾ ਕਿੱਡਾ ਮਜ਼ਬੂਤ ਕਰੇਗਾ
पता नहीं केड़ा मजबूत करेगा बंदा। चेक कर ओ यार विचू तो एडा एक निकले है ते और तू की चाहिदा बड़ा चाहिदा दुआने जिड़ा देइए यार कोई ऐ पसंद नहीं है कोई और काट यार ओ चल ले जियो साजी नु ही ਸਾਜੀ ਦੇ ਵਿੱਚ ਵੀ ਟੋਂਗ ਕਰਕੇ ਮੈਨੂੰ ਦਿਓ ਨਾ ਵਿੱਚ ਐਂਦੇ ਜੀ ਵੀ ਟੋਂਗ ਕਰਕੇ ਦਿਓ ਜੀ ਇਹਨੂੰ ਟੋਂਗ ਦੇ ਮੂੰਹ ਵਾਲਾ ਬੈਟਰੀ ਤਾਂ ਲਾਓ ਵਿੱਚ ਐ ਵੇਖਾ ਹੀ ਨਿੰਬੂ ਤਾਂ ਵਿੱਚ ਨਿਚੋੜੋ ਯਾਰ ਉਹ ਨਿੰਬੂ ਪਾਣੀ ਜਿਹਦੇ ਚ ਨਿੰਬੂ ਨੂੰ ਜੋੜੋ ਹੁਣ ਜੀ ਪੀ ਲੈ ਕੁਛ ਹੈ ਤਾਂ ਪਾਓ ਵਿੱਚ डबल पैसे दे के जाने ने गिरी आई मूज गिरी अदरू काट के देंगे पहले पानी पी ला यार मजा नहीं आ रहा इंदा ओ हेलो ओ भाई ओ तोए के तू पी रहे ओ भाई साहब अल्लाह मोड़ आप ही पीती जा पद पद आप ही पी मायनो ले नहीं आ रहा तू पी मजा मेनू भी नहीं आता पैसे दे के जाए अब तो उस्ताद जी मायनो लेंदा पैसे दे नहीं लेंदा दे चलाया का तो ही तू पीता क्यों है मैंने जाग के ता तू क्या मजा नहीं आ रहा तेरा झूठा मैं पी लिया तो मेरे बच्चे भी भावे एडे एडे बिल्ली दे बच्चे जेडे होवन तू पी मकान पैसे दे दे तू भी बहरले मुल्क दी शै है पैसे दे दे बेटे मेरी गल सुन कितने रुपये बने कितने पैसे साजिए दो हमारे पास कितने हो गए हजार रुपया दे बेटे बंदरां हजार रुपया दे ओके दा हजार रुपया 500 दा 500 दा सिर्फ पानी पीवन दा हजार रुपया पानी पीवन दा नुकसान कीता तू साडा तेनू मैं पानी लिया देना ओके दा पानी लिया देना मैं वापस भर देना विच गिलास गिलास भर दे थार जमन थल्ले उतरन दे मैं तेनू दसना मेरी जुत्ती चला किथे निकल चल दौड़ दौड़ा तू यार पानी दे बदले पानी ला मेरी जैकेट वापस ओ चल तेरी जैकेट वापस कर पहले पैसे दे फिर जैकेट लेके जे चल यार उंदे च मेरे जरूरी डॉक्यूमेंट्स अपना ही साथ ਜਿਵੇਂ ਸਾਧ ਨੇ ਨਾਰੀਅਲ ਜਿਲਿਆ ਨਾ ਐਂ ਜੀ ਮੈਂ ਤੈਨੂੰ ਛੀਲ ਦੇਣਾ ਨਿਕਲ ਜਾ ਜੈਕਟ ਵਾਪਸ ਕਰ ਪੈਸੇ ਦੇ ਮੈਂ ਜੈਕਟ ਵਾਪਸ ਕਰ ਮੇਰੇ ਜੈਕਟ ਦੇ ਮੇਰੇ ਪੈਸੇ ਦੇ ਹੁਣ ਤੀ ਮਮੋਰੀ ਦੌੜ ਜਾ ਮਾਰ ਦੇ ਆ ਪੈਸੇ ਦੇ ਓਏ ਪੈਸੇ ਓਏ ਓਏ ਪੈਸੇ लगी बाद चो पता लगे ऐलक ही 50 रुपए की हजार रुपए का नुकसान कर गया आ बंदरा पैसे दे यार